ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਮੇਰੇ ਵਲੌਗ ਦੇ ਵਿੱਚ ਸਵਾਗਤ ਆ ਜੀ। ਮੈਂ ਜਾ ਰਿਹਾ ਹਾਂ ਜੋਬ 'ਤੇ ਅੱਜ, ਅਤੇ ਸਵੇਰ ਦਾ ਟਾਈਮ ਹੋਇਆ ਆ 9:30 ਹੋ ਗਏ ਆ, ਅਤੇ ਬੱਸ ਦੀ ਵੇਟ ਕਰ ਰਿਹਾ ਹਾਂ। ਦੋ ਬੱਸਾਂ ਲੈਣੀਆਂ ਪੈਂਦੀਆਂ ਮੈਨੂੰ, ਇੱਕ ਬੱਸ ਨੇ ਮੈਨੂੰ ਇੱਥੇ ਸਟੇਸ਼ਨ 'ਤੇ ਮੈਂ ਆ ਗਿਆ ਹਾਂ, ਅਤੇ ਆ ਪਿੱਛੇ ਬੱਸ ਆ ਰਹੀ ਆ, ਅਤੇ ਇੱਦਾਂ ਦੇ ਇੱਥੇ ਸਟੇਸ਼ਨ ਹੁੰਦੇ ਆ, ਇੱਥੇ ਬੱਸ ਰੁਕਣੀ ਆ, ਅਤੇ ਇੱਦਾਂ ਬੱਸ ਆ ਰਹੀ ਆ, ਇਹ ਬੱਸ ਇੱਥੇ ਰੁਕ ਜਾਣੀ ਆ, ਜਿਹਨੇ ਜਿੱਧਰ ਨੂੰ ਜਾਣਾ ਆਪਣੇ ਬੱਸ ਸਟੋਪ ਤੋਂ ਉੱਥੋਂ ਬੱਸ ਲੈ ਲੈਣੀ ਆ। ਅਤੇ ਆਹ ਦੂਜੀ ਆ ਪਟੜੀ ਆ, ਨਾਲ ਟ੍ਰੇਨ ਵੀ ਜਾਂਦੀ ਆ, ਟ੍ਰੇਨ ਦਾ ਸਟੇਸ਼ਨ ਹੈਗਾ ਉਹ ਅੱਗੇ, ਉਹ ਉੱਥੋਂ ਦੀ ਟ੍ਰੇਨ ਉੱਥੋਂ ਜਾਂਦੀ ਆ। ਠੰਡ ਬਹੁਤ ਹੋਈ ਉਹ, ਅੱਜ ਵੈਸੇ ਧੁੱਪ ਨਿਕਲੀ ਉਹ, ਪਰ ਫਿਰ ਵੀ ਠੰਡ ਬਹੁਤ ਜ਼ਿਆਦਾ ਲੱਗ ਰਹੀ ਆ, ਹੱਥ ਵੀ ਨਹੀਂ ਬਾਹਰ ਕੱਢ ਹੁੰਦੇ। ਆ ਲੋਕ ਜਾ ਰਹੇ ਆ ਇੱਥੋਂ ਦੀ ਉੱਪਰ ਨੂੰ, ਇੱਥੋਂ ਦੀ ਆਹ ਜਿਹੜਾ ਗੋਲ ਜਿਹਾ ਬਣਿਆ ਇਹਦੇ ਵਿੱਚੋਂ ਇਹਨਾਂ ਨੇ ਉੱਧਰ ਨੈਕਸਟ ਦੂਸਰੀ ਸਾਈਡ ਜਾ ਕੇ ਟ੍ਰੇਨ ਲੈ ਲੈਣੀ ਆ। ਹੁਣ ਆ ਲੋਕ ਸਾਰੇ ਆਪਣੀ ਆਪਣੀ ਬੱਸ ਦੀ ਵੇਟ ਕਰ ਰਹੇ ਆ, ਉੱਪਰ ਬੱਸ ਦਾ ਨੰਬਰ ਲਿਖਿਆ ਹੁੰਦਾ ਕਿਹੜੀ ਬੱਸ ਆਉਣਾ ਆ, ਅਤੇ ਜਿੱਦਾਂ ਹੁਣ ਆਹ ਬੱਸ ਆ, ਆਹ ਬੱਸ 'ਤੇ ਨੋਟ ਇਨ ਸਰਵਿਸ ਲਿਖਿਆ ਆ, ਅਤੇ ਇੱਥੇ ਹੀ ਲਿਖਿਆ ਜਾਂਦਾ ਬੱਸ ਦਾ ਨੰਬਰ, ਅਤੇ ਇੱਕ ਸਾਈਡ 'ਤੇ ਲਿਖਿਆ ਹੁੰਦਾ, ਇੱਕ ਬੱਸ ਦੇ ਫਰੰਟ 'ਤੇ ਲਿਖਿਆ ਹੁੰਦਾ, ਉੱਥੋਂ ਪਤਾ ਲੱਗ ਜਾਂਦਾ ਵੀ ਇਹ ਬੱਸ ਕਿੱਧਰ ਨੂੰ ਜਾਣੀ ਆ, ਨਾਲ ਨਾਮ ਲਿਖਿਆ ਹੁੰਦਾ ਆ ਕਿੱਧਰ ਨੂੰ ਜਾਣੀ ਆ, ਨਾਲ ਬੱਸ ਦਾ ਨੰਬਰ। ਦੇ ਵਲੋਗ ਦੇ ਵਿੱਚ ਇੰਨਾ ਕਿ ਬਾਕੀ ਹੌਲੀ ਹੌਲੀ ਤੁਹਾਨੂੰ ਜ਼ਿਆਦਾ ਵੱਡੀ ਵੀਡੀਓ ਦਿਖਾਇਆ ਕਰਾਂਗੇ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਆ ਕਰੋ, ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਹ ਦੇਖੋ ਆਹ ਟ੍ਰੇਨ ਜਾ ਰਹੀ ਹੈ, ਇੱਦਾਂ ਅਤੇ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ, ਆਪਣਾ ਖਿਆਲ ਰੱਖੋ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਏ ਬਾਏ।